ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਹੈ ਜੀ? ਸਾਰੇ ਭੈਣ ਭਰਾ ਠੀਕ ਠਾਕ ਹੋ ਜੀ? ਉਮੀਦ ਕਰਨੇ ਜੀ ਸਾਰੇ ਭੈਣ ਭਰਾ ਠੀਕ ਠਾਕ। ਦੱਸੋ, ਮੈਂ ਅਤੀਕੁਰ ਰਹਿਮਾਨ, ਤੁਸਾਂ ਤੱਕ ਆਪਣਾ ਫੈਮਲੀ ਯੂਟਿਊਬ ਚੈਨਲ ਫੈਮਲੀ ਵਲੌਗ। ਸਾਰਿਆਂ ਤੋਂ ਪਹਿਲਾਂ ਜੁਮਾ ਮੁਬਾਰਕ ਜੀ ਸਾਰੇ ਭੈਣ ਭਰਾਵਾਂ ਕੀ, ਅਤੇ ਜੁਲੇ ਆ ਜੁਮਾ ਜੁਮਾ ਪੜ੍ਹਨੇ ਆ, ਜੁਮਾ ਜੁਮਾ ਪੜ੍ਹੀ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਅਗਲਾ ਸੀਨ ਦੱਸਣੇ ਕਿ ਕਿਆ ਸੀਨ ਹੋ ਸੀ। ਸਭ ਤੋਂ ਪਹਿਲੇ ਵੈਲਕਮ ਟੂ ਬ੍ਰੈਂਡ ਨਿਊ ਵਲੌਗ। ਸਭ ਤੋਂ ਪਹਿਲਾਂ ਜੀ ਜੁਲੇ ਹਾਂ ਜੀ ਜੁਮਾ ਜੁਮਾ ਪੜ੍ਹਨੇ ਆ, ਜੁਮਾ ਜੁਮਾ ਪੜ੍ਹੀ ਦਾ ਫਿਰ ਉਸ ਤੋਂ ਬਾਅਦ ਤੁਸੀਂ ਦੱਸਣਾ ਕਿ ਅਗਲਾ ਸੀਨ ਕਿਆ ਹੋ ਸੀ। ਅਤੇ ਫਿਲਹਾਲ ਤਿਆਰ ਸ਼ਿਆਰ ਹੋ ਗਏ ਹਾਂ, ਕੱਪੜੇ ਛੱਪੜੇ ਚੇਂਜ ਕਰੀ ਗਏ, ਨਹਾਈ ਧੋਈ ਵੀ ਰਹੇ ਹਾਂ, ਸਾਰਾ ਕੁਝ ਹੋਈ ਗਿਆ। ਅਤੇ ਹੁਣ ਜੁਲੇ ਹਾਂ ਜੁਮਾ ਜੁਮਾ ਪੜ੍ਹਨੇ ਆ, ਅਤੇ ਇਸ ਮਸਜਿਦ ਦੇ ਜੁਮਾ ਹੋਣ ਲੱਗੇ ਹਾਂ ਮੈਂ, ਅਤੇ ਅਸਾਂ ਜਾਸਾਂ ਆਪਣੀ ਮਸਜਿਦ ਵਿੱਚ, ਫਿਰ ਜੁਲੇ ਜੁਮਾ ਜੁਮਾ ਪੜ੍ਹਨੇ ਆ, ਅਤੇ ਬਾਕੀ ਤੁਸੀਂ ਅਗਲਾ ਸੀਨ ਦੱਸਣੇ ਆ ਕਿ ਅੱਗੇ ਕਿਆ ਹੋ ਸੀ। ਠੀਕ ਹੈ, ਰਹੋ ਸਾਡੇ ਨਾਲ ਜੀ। ਪੈਦਲ ਹੀ ਅਤੇ ਪੈਦਲ ਹੀ ਪੜ੍ਹਨਾ ਰੱਖੇ ਆ। ਮੈਂ ਜੀ ਅੱਜ ਪੈਦਲ ਹੀ ਜਾਣਾ, ਪੈਦਲ ਹੀ ਰੌਂਡ ਮਾਰਾਂ, ਅਤੇ ਨਾਲ ਵਾਹ ਪਈ ਅਸੀਂ, ਅਤੇ ਨਾਲ ਜਾਣਾ ਜੁਮਾ ਜੁਮਾ ਪੜ੍ਹੀ ਆ ਅਸਾਂ। ਜੁਮਾ ਪੜ੍ਹਨੇ ਤੋਂ ਬਾਅਦ ਇਨਸ਼ਾਅੱਲਾ ਫਿਲਹਾਲ ਜੁਮਾ ਪੜ੍ਹਨੇ ਆ, ਅਤੇ ਬਾਕੀ ਤੱਕਣੇ ਆ ਕਿਆ ਸੀਨ ਹੋਣਾ। ਕਿ ਜਿੰਨਾ ਮੇਰੇ ਭੈਣਾਂ ਭਰਾਵਾਂ ਚਾਹੁੰਦੇ ਕਿ ਸਬਸਕ੍ਰਾਈਬ ਨਹੀਂ ਕੀਤੇ ਆ, ਲਾਜ਼ਮੀ ਸਬਸਕ੍ਰਾਈਬ ਕਰੇ, ਵੀਡੀਓ ਕੀ ਸ਼ੇਅਰ ਕਰੋ। ਹਾਂਜੀ ਬਿਲਕੁਲ, ਮਾੜੀ ਭੈਣ ਤੋਂ ਮਾੜੇ ਭਰਾ ਇਸ ਵੇਲੇ ਮੌਜੂਦ ਹਾਂ ਜੀ ਆਪਣੇ ਘਰ। ਟੱਪਲਿਆ ਨੇ ਬੰਦਾ ਵੈ ਕਿ ਜੁਲੇ ਹਾਂ ਪੁਰਾਣੇ ਸ਼ਹਿਰ ਓਲਡ ਮਿਰਪੁਰ, ਫਿਲਹਾਲ ਉੱਧਰ ਜੁਲੇ ਹਾਂ, ਅਤੇ ਬਾਕੀ ਜਿਹੜਾ ਨਾ ਜੁਲੇ ਹਾਂ ਬਾਜ਼ਾਰੋਂ ਕੋਈ ਚੀਜ਼ਾਂ ਚੀਜ਼ਾਂ ਕਿਸਾਨ ਖਾਣੇ ਪੀਣੇ ਵਾਸਤੇ, ਅਤੇ ਉਸ ਤੋਂ ਬਾਅਦ ਫਿਰ ਅਸਾਂ ਪੁਰਾਣੇ ਮਿਰਪੁਰ ਜੁਲੇ ਹਾਂ। ਰਸਤੇ ਤੁਸੀਂ ਵਿਊ ਵਗੈਰਾ ਵੀ ਦੱਸਣੇ ਆ, ਅਤੇ ਬਾਕੀ ਕਹਿ ਸੀਨ ਬਣਨਾ ਉੱਥੇ ਜੁਲੇ ਹਾਂ, ਫਿਰ ਤੁਸੀਂ ਦੱਸਣੇ ਆ, ਅਤੇ ਬਾਕੀ ਤੁਸੀਂ ਰਹੋ ਸਾਡੇ ਨਾਲ। ਠੀਕ ਹੈ, ਤਿਆਰ ਸ਼ਿਆਰ ਹੋ ਗਈਆਂ, ਤੱਕੀ ਕਿਨੂੰ ਮੇਰੀ ਐਜ਼ ਰਾਨੀ ਤਿਆਰ ਹੋ ਗਈ ਹੈ, ਅਤੇ ਬਾਕੀ ਹੁਣ ਘਰੋਂ ਨਿਕਲਣੇ ਆ, ਅਤੇ ਇਨਸ਼ਾਅੱਲਾ ਉੱਥੇ ਜੁਲੀ ਦੱਸਾਂ ਕਿ ਬਾਕੀ ਵੀਡੀਓ ਵਗੈਰਾ ਦੱਸਾਂ।
ਹਾਂਜੀ ਬਿਲਕੁਲ ਮਾੜੀਆਂ ਭੈਣਾਂ ਤਾਂ ਮਾੜੇ ਭਰਾ ਇਸ ਵੇਲੇ ਬੈਠੇ ਹਾਂ ਜੀ ਪੁਰਾਣੇ ਸ਼ਹਿਰ ਦਰਬਾਰ ਪਰ ਅਤੇ ਬਾਕੀ ਤੁਸਾਂ ਕੀ ਨਜ਼ਾਰੇ ਵਗੈਰਾ ਦੱਸਣੇ ਆ ਅਤੇ ਦਰਬਾਰ ਨੇ ਕੋਲ ਕਾਹਲ ਹੀ ਬੈਠੇ ਹੋਏ ਹਾਂ ਬਾਕੀ ਇੱਧਰ ਫੈਮਲੀ ਬਿਲਕੁਲ ਡੈਮ ਨੇ ਦਿੰਦਾ ਬੈਠੇ ਹਾਂ ਪਾਣੀ ਕਾਫੀ ਤੇਜ਼ੀ ਨਾਲ ਚੱਲਣਾ ਪਿਆ ਕਾਫੀ ਤੇਜ਼ ਪਾਣੀ ਚੱਲਣਾ ਪਿਆ ਉਹ ਪਾਰ ਚੱਕ ਰਿਹਾ ਬ੍ਰਿਜ ਅਤੇ ਵਗੈਰਾ ਗੋਲੇ ਚੁਣਨੇ ਨੇ ਬਾਕੀ ਹੁਣ ਅਸਾਂ ਖਾਈ ਪੀ ਰਹਾਂ ਤਾਂ ਫਿਰ ਉਸ ਤੋਂ ਬਾਅਦ ਤੁਸਾਂ ਕੀ ਜਿਹੜਾ ਨਾ ਦੱਸਣੇ ਆ ਨਜ਼ਾਰਾ ਵਗੈਰਾ ਅੱਗੇ ਪਿੱਛੇ ਨਾਲ ਤੁਸੀਂ ਸੀਨ ਦੱਸਣੇ ਆ ਕਿਆ ਕੁਛ ਸੀਨ ਹੋਣਾ ਚਲੋ ਜੀ ਆਵਾਮ ਲੱਗੀ ਆ ਟ੍ਰੈਸ਼ਰ ਵਗੈਰਾ ਲੱਗੀ ਹੈ ਆਵਾਮ ਕਣਕਾਂ ਵਗੈਰਾ ਘੱਟੋ ਘੱਟ ਲੱਗੀ ਹੈ ਬਾਕੀ ਉਹ ਸਾਰੀ ਆਵਾਮ ਲੱਗੀ ਹੈ ਕਣਕਾਂ ਕੱਟਣ ਆਵਾਮ ਛਿੱਲ ਛਿੱਲ ਮਾਰਨੇ ਵਾਸਤੇ ਆਈ ਹੈ ਚੈੱਕ ਕਰੋ ਸੀਨ ਆਵਾਮ ਕਣਕਾਂ ਸ਼ਣਕਾਂ ਕੱਟਣੀਆਂ ਵੀ ਪਾਣੀ ਸ਼ਾਣੀ ਕਾਫੀ ਜ਼ਿਆਦਾ ਚੜ੍ਹੀ ਆ ਅਤੇ ਬਾਕੀ ਅਸੀਂ ਉਹਨਾਂ ਨੇ ਇਹ ਸਾੜੀ ਨਮੂਣੀ ਕਿਆ ਕਰੀਏ ਬਾਕੀ ਜੁੱਲੇ ਆ ਜੀ ਹੁਣ ਮੱਠੇ ਮੱਠੇ ਘਰ ਵਾਲੀ ਸਾਈਡ ਅਤੇ ਅੱਗੇ ਤੁਸੀਂ ਸ਼ੋਟ ਦੱਸਣੇ ਆ ਥੋੜ੍ਹੇ ਜਿਹੇ ਰੋਡ ਬਹੁਤ ਸਾਰੀ ਖਰਾਬ ਹੈ ਬਾਕੀ ਜੁੱਲੇ ਆ ਘਰ ਵਾਲੀ ਸਾਈਡ